ਪੰਚਾਇਤੀ ਚੋਣਾਂ ਨੂੰ ਲੈ ਕੇ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਪੁਲਿਸ ਵੱਲੋਂ ਲਗਾਤਾਰ ਲੋਕਾਂ ਨੂੰ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਕਿ ਉਹ ਜਿਨ੍ਹਾਂ ਕੋਲ ਲਾਇਸੈਂਸੀ ਅਸਲਾ ਉਹ ਵੀ ਸੰਬੰਧਿਤ ਨਜ਼ਦੀਕ ਆਪਣੇ ਪੁਲਿਸ ਸਟੇਸ਼ਨ ਜਾਂ ਗਨ ਹਾਊਸ ਵਿੱਚ ਜਮ੍ਹਾਂ ਕਰਵਾਉਣ। ਇੱਥੇ ਆਪਾਂ ਫਤਿਹਗੜ੍ਹ ਚੂੜੀਆਂ ਥਾਣੇ ਅਤੇ ਨਾਲ ਨਜ਼ਦੀਕ DSP ਆਫਿਸ ਹੈ, ਗੱਲਬਾਤ ਕਰਦੇ ਹਾਂ DSP ਸਬ ਡਿਵੀਜ਼ਨ ਫਤਿਹਗੜ੍ਹ ਚੂੜੀਆਂ ਵਿਪਨ ਕੁਮਾਰ ਅਤੇ SHO ਫਤਿਹਗੜ੍ਹ ਚੂੜੀਆਂ ਕਿਰਨਦੀਪ ਸਿੰਘ। ਸਬ ਡਿਵੀਜ਼ਨ ਫਤਿਹਗੜ੍ਹ ਚੂੜੀਆਂ ਦੇ ਵਿੱਚ ਥਾਣਾ ਫਤਿਹਗੜ੍ਹ ਚੂੜੀਆਂ, ਕਿਲਾ ਲਾਲ ਸਿੰਘ, ਥਾਣਾ ਸਦਰ ਬਟਾਲਾ, ਥਾਣਾ ਘਨੀ ਕੇ ਬੰਗਰ, ਇਹ ਚਾਰਾਂ ਥਾਣੇ ਦੀ ਜੁਰਿਸਡਿਕਸ਼ਨ ਹੈ। ਔਰ ਸਾਰੇ ਹੀ ਅਸਲਾ ਲਾਇਸੈਂਸ ਧਾਰਕਾਂ ਨੂੰ ਮੈਂ ਇਹ ਪਹਿਲਾਂ ਵੀ ਅਨਾਊਂਸਮੈਂਟ ਸੰਬੰਧਿਤ SHO ਵੱਲੋਂ ਕਰਵਾਈ ਗਈ ਹੈ ਔਰ ਮੈਂ ਇਸ ਮਾਧਿਅਮ ਰਾਹੀਂ ਵੀ ਦੱਸਣਾ ਚਾਹੁੰਦਾ ਕਿ ਜਿਹੜੇ ਵੀ ਉਹਨਾਂ ਨੂੰ ਪੁਲਿਸ ਸਟੇਸ਼ਨ ਲੱਗਦੇ ਨੇ ਉਸ ਪੁਲਿਸ ਸਟੇਸ਼ਨ ਦੇ ਵਿੱਚ ਆਪਣਾ ਅਸਲਾ ਹੈਗਾ ਉਹ ਜਾ ਕੇ ਜਮ੍ਹਾਂ ਕਰਵਾਉਣ। ਹਾਂ ਬਿਲਕੁਲ, ਅਸੀਂ ਸੈਚਰਡੇ ਤੱਕ 100% ਜਿਹੜਾ ਇਹ ਅਸਲਾ ਜਿਹੜਾ ਜਮ੍ਹਾਂ ਕਰ ਲਵਾਂਗੇ। ਥਾਣਾ ਫਤਿਹਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡਾਂ ਦੇ ਜਿਹੜੇ ਸਮੂਹ ਅਸਲਾ ਧਾਰਕਾਂ ਨੂੰ ਮੈਂ ਹਦਾਇਤ ਕਰਨੀ ਚਾਹੂੰਗਾ ਕਿ ਆਪਣਾ ਜਿਹੜਾ ਲਾਇਸੈਂਸੀ ਅਸਲਾ ਆ ਇਹ ਜਲਦ ਤੋਂ ਜਲਦ ਥਾਣੇ ਜਾਂ ਆਪਣੇ ਨਜ਼ਦੀਕ ਦੇ ਗਨ ਹਾਊਸਾਂ ਦੇ ਵਿੱਚ ਜਮ੍ਹਾਂ ਕਰਾ ਕੇ ਅਤੇ ਥਾਣੇ ਸੂਚਿਤ ਕੀਤਾ ਜਾਵੇ ਅਤੇ ਇਸ ਸੰਬੰਧੀ ਜਿਹੜਾ ਵਾ 5 ਅਕਤੂਬਰ ਤੋਂ ਪਹਿਲਾਂ ਸਾਰੇ ਅਸਲਾ ਧਾਰਕ ਆਪਣਾ ਅਸਲਾ ਜਿਹੜਾ ਜਮ੍ਹਾਂ ਕਰਨ। ਜਿਹੜਾ ਵੀ ਇਸ ਸੰਬੰਧੀ ਕੋਈ ਲਾਪਰਵਾਹੀ ਅਣਗਹਿਲੀ ਕਰੂਗਾ ਅਤੇ ਸਮੇਂ ਸਿਰ ਅਸਲਾ ਆਪਣਾ ਜਮ੍ਹਾਂ ਨਹੀਂ ਕਰਾਏਗਾ ਉਹਦੇ ਖਿਲਾਫ਼ ਜਿਹੜੀ ਆ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਅਤੇ ਉਹਨਾਂ ਦਾ ਲਾਇਸੈਂਸ ਜਿਹੜਾ ਵਾ ਉਹ ਕੈਂਸਲ ਕਰਨ ਦੀ ਜਿਹੜੀ ਆ ਰਿਕਮੈਂਡੇਸ਼ਨ ਲਿਖ ਕੇ ਸੀਨੀਅਰ ਅਫਸਰਾਂ ਨੂੰ ਭੇਜੀ ਜਾਵੇਗੀ। ਇਸ ਤੋਂ ਇਲਾਵਾ ਇੱਕ ਹੋਰ ਜਿਹੜਾ ਵਾ ਅੱਜ ਕੱਲ੍ਹ ਜਿਵੇਂ ਫਸਲਾਂ ਦੀ ਕਟਾਈ ਚੱਲ ਰਹੀ ਆ, ਸਮੂਹ ਜਿਹੜੇ ਆ ਕਿਸਾਨ ਭਰਾ ਅਤੇ ਸਾਰਿਆਂ ਨੂੰ ਜਿਹੜੀ ਆ ਮੇਰੇ ਵੱਲੋਂ ਇਹ ਵੀ ਰਿਕੁਐਸਟ ਆ ਕਿ ਜਿਹੜੀ ਆ ਫਸਲਾਂ ਦੀ ਕਟਾਈ ਤੋਂ ਬਾਅਦ ਉਹ ਨਾੜ ਨੂੰ ਅੱਗ ਨਾ ਲਾਉਣ ਅਤੇ ਇਸ ਸੰਬੰਧੀ ਜਿਹੜੀ ਆ ਵੈਸੇ ਵੀ ਜਿਹੜਾ DC ਆਫਿਸ ਵੱਲੋਂ ਵੀ ਹਦਾਇਤਾਂ ਜਾਰੀ ਹੋਈਆਂ ਨੇ ਕਿ ਸ਼ਾਮ 5 ਵਜੇ ਤੋਂ ਬਾਅਦ ਫਸਲਾਂ ਦੀ ਕਟਾਈ ਨਾ ਕੀਤੀ ਜਾਵੇ ਅਤੇ ਕਟਾਈ ਦੇ ਦੌਰਾਨ SMS ਸਿਸਟਮ ਦੀ ਵਰਤੋਂ ਕੀਤੀ ਜਾਵੇ ਅਤੇ ਨਾੜ ਨੂੰ ਜਿਹੜੀ ਆ ਅੱਗ ਬਿਲਕੁਲ ਵੀ ਨਾ ਲਗਾਈ ਜਾਵੇ ਤਾਂ ਜੋ ਆਪਾਂ ਆਪਣੇ ਵਾਤਾਵਰਨ ਨੂੰ ਜਿਹੜਾ ਵਧੀਆ ਰੱਖ ਸਕੀਏ ਜੀ। ਸਰ ਜਿਹੜਾ DC ਵੱਲੋਂ ਇੰਸਟ੍ਰਕਸ਼ਨਸ ਆਈਆਂ DC ਸਾਹਿਬ ਵੱਲੋਂ ਉਹਦੇ ਨਾਲ ਜੇ ਪਰਾਲੀ ਦੇ ਸਬੰਧ ਵਿੱਚ ਜੋ ਫਿਰ ਕੋਈ ਕਾਨੂੰਨੀ ਕਾਰਵਾਈ ਵੀ ਬੱਚਿਆਂ ਵੱਲੋਂ ਵੀ ਬਿਲਕੁਲ ਜੀ, ਜਿਹੜਾ ਵੀ ਕੋਈ ਆਪਣਾ ਨਾੜ, ਹਾਂ ਜਿਹੜਾ ਵੀ ਸਾਡੇ ਕੋਈ ਮੈਟਰ ਨੋਟਿਸ 'ਚ ਆਉਂਦਾ ਕਿ ਕਿਸੇ ਨੇ ਕਿ ਪਿੰਡ ਦੇ ਵਿੱਚ ਨਾੜ ਨੂੰ ਅੱਗ ਲਾਈ ਆ ਉਹਦੇ ਖਿਲਾਫ਼ ਜਿਹੜੀ ਆ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।